ਦੋਡਿਆਂ ਦਾ ਖਰਾ ਮਾਲ ਜਦੋਂ ਮਿਲ ਜੇ ਜਦੋਂ ਮਿਲ ਜੇ ਪੋਸਤੀ ਕਪਾਹ ਦੇ ਵਾਂਗੂ ਫੇਰ ਪੋਸਤੀਆਂ ਜਿਉ ਨਾ ਹਲੇ ਤੂੰ ਮਰਾਂਗੇ ਤਾਂ ਪਤਾ ਲੱਗ ਜੂ ਪਰ ਤੂੰ ਫਕਾਉਣ ਨਾ ਹੀ ਮੈਨੂੰ ਮੱਚਣ ਵਾਲਿਆਂ ਦੇ ਸਾਹਮਣੇ ਮੱਚਣ ਦਾ ਸਵਾਦ ਨਹੀਂ ਆਉਣਾ ਚੰਗਾ ਕੀਰਨੇ ਪਾਉਣਾ ਜੂ ਘੰਟੇ ਦਾ 150 ਰੁਪਈਆ ਲਊ ਤੈਨੂੰ 150 ਦੇਣ ਦੀ ਬਜਾਏ ਭੁੱਕੀ ਨਾ 150 ਦੀ ਖਾ ਕੇ ਦੁਬਾਰਾ ਜਿਉਂਦਾ ਹੋ ਜੂ ਹੈਂ ਆਈ ਵੱਡੀ ਬੰਦੇ ਬਣੋ ਬੰਦੇ ਤੂੰ ਨਹੀਂ ਜ਼ਿਆਦਾ ਤਪੀ ਪਈ ਆ ਸਾਡੀ ਇੰਨਾ ਠੰਡਾ ਹੌਂਕਾ ਨਾ ਪਰ ਮੈਂ ਹੁਣੇ ਕੱਪੜੇ ਧੋ ਕੇ ਹਟੀ ਹਾਂ ਹੱਥ ਪੈਰ ਠੰਡੇ ਪਏ ਨੇ ਮੇਰੇ ਆ ਜਾ ਤੂੰ ਨਹੀਂ ਸੇਕ ਲਾ ਦੇਖ ਲੈ ਮੈਂ ਆ ਵੀ ਜਾਣਾ ਗੱਲਾਂ ਹੀ ਚੰਗਾ ਰਾਜ ਤੂੰ ਤਾਂ ਵਿਹਲੀ ਹੈ ਭੈਣੇ ਓਕੇ ਬਾਏ ਆ ਰਾਜ ਬੜਾ ਲੱਗੀ ਰਹਿੰਦੀ ਹੈ ਤੇਰੇ ਨਾਲ ਫੋਨ ਤੇ ਭਾਬੀ ਤੁਹਾਨੂੰ ਕੀ ਪ੍ਰੋਬਲਮ ਆ ਔਖੀ ਕਿਉਂ ਨਹੀਂ ਆ ਮੈਂ ਤਾਂ ਵੈਸੇ ਹੀ ਕਹਿਤਾ ਹੱਦ ਹੈ ਭਾਬੀ ਤੁਹਾਡੇ ਵਾਲੀ ਕੌਣ ਹੱਦ ਚਾ ਤੇ ਕੌਣ ਹੱਦ ਤੋਂ ਪਾਰ ਸਭ ਪਤਾ ਮੈਨੂੰ ਵਿਹਲੇ ਰਹਿ ਕੇ ਨਹੀਂ ਸਰ ਨਾ ਮੈਂ ਕਦੋਂ ਕਿਹਾ ਵੀ ਮੈਂ ਵਿਹਲਾ ਰਹਿਣਾ ਨਹੀਂ ਮਿਲਦੀ ਨੌਕਰੀ ਹੁਣ ਕੀ ਕਰਾਂ ਮੈਨੂੰ ਕਿਹੜਾ ਬੀਐਡ ਕਰਦੇ ਸਰ ਨੌਕਰੀ ਮਿਲ ਗਈ ਸੀ ਮੈਂ ਵੀ ਤਾਂ ਇੱਕ ਸਾਲ ਪਹਿਲਾਂ ਆੜ੍ਹਤੀਏ ਕੋਲ ਮਨੀਮੀ ਕੀਤੀ ਹੈ ਪਾਪਾ ਹੁਣ ਮੈਂ ਮਨੀਮੀ ਕਰਨ ਲਈ ਤਾਂ ਪੀਐਚਡੀ ਕੀਤੀ ਨਹੀਂ ਇੰਟਰਵਿਊ ਲਈ ਜਿੱਥੇ ਵੀ ਜਾਣਾ ਅਗਲੇ ਸਿਫਾਰਿਸ਼ ਭਾਲਦੇ ਆ ਪੈਸਾ 20 ਸਕੂਲਾਂ ਕਾਲਜਾਂ 'ਚ ਜਾਇਆ ਨਹੀਂ ਰੱਖਦੇ ਤੂੰ ਕਿਤੇ ਐਂ ਤਾਂ ਨਹੀਂ ਸੋਚਦਾ ਵੀ ਮੈਂ ਤੇਰੇ ਲਈ ਕੋਈ ਸਿਫਾਰਿਸ਼ ਲੱਭਾਂ ਜਾਂ ਪੈਸੇ ਦਾ ਇੰਤਜ਼ਾਮ ਕਰਾਂ ਮੇਰੇ ਤੋਂ ਕੋਈ ਇਹੋ ਜਿਹੀ ਉਮੀਦ ਨਾ ਰੱਖੀ ਇਹੀ ਕਹਿਣਾ ਨਾ ਤੁਸੀਂ ਪਤਾ ਮੈਨੂੰ ਉਹ ਤੂੰ ਉਈ ਲੜਨ ਨੂੰ ਤਿਆਰ ਰਹਿਣਾ ਹੈ ਇਹਨਾਂ ਦਾ ਮਤਲਬ ਹੈ ਜਦੋਂ ਤੱਕ ਤੇਰੇ ਹਿਸਾਬ ਦੀ ਕੋਈ ਨੌਕਰੀ ਨਹੀਂ ਮਿਲਦੀ ਜਿਹੜਾ ਕੰਮ ਮਿਲਦਾ ਕਰ ਲੈ ਫੇਰ ਤਾਂ ਤੂੰ ਵੜਨਾ ਨਹੀਂ ਦਿਹਾੜੀਆਂ ਕਰਨ ਲੱਗ ਜਾਂਦਾ ਪਰਚੂਨ ਦੀ ਦੁਕਾਨ ਖੋਲ ਲੈਣਾ ਫਿਰ ਇਹ ਤੇ ਹਰਜ ਕੀ ਹੈ ਤੇਰੇ ਵਰਗੇ ਅਮਰੀਕਾ ਕੈਨੇਡਾ ਜਾ ਕੇ ਜੂਠੇ ਭਾਂਡੇ ਮਾਈ ਲੈਣਗੇ ਤੇ ਇੱਥੇ ਚਪੜਾਸੀ ਦੀ ਨੌਕਰੀ ਲਈ ਬੇਇੱਜ਼ਤੀ ਸਮਝਦੇ ਹੋ ਯਾਰ ਹਰ ਗੱਲ ਦੇ ਵਿੱਚ ਨਾ ਐਵੇਂ ਤੁਸੀਂ ਮੈਨੂੰ ਉਹ ਜੱਟਾ ਸਾਡੀ ਕੋਈ ਗੱਲ ਹੀ ਨਹੀਂ ਸੁਣੀ ਤਾਂ ਤੇਰੀਆਂ ਸਾਰੀਆਂ ਪੜੀਆਂ ਚੁੱਲ੍ਹੇ 'ਚ ਪੜੀਆਂ ਲਿਖੀਆਂ ਨਹੀਂ ਹੁਣ ਦਿਮਾਗ 'ਚੋਂ ਨਿਕਲਦੀਆਂ ਪਾਪਾ ਜੀ ਪਰ ਤੁਸੀਂ ਇੱਕ ਗੱਲ ਦਿਮਾਗ 'ਚ ਬਿਠਾ ਲਓ ਵੀ ਇਸ ਮੁਲਕ 'ਚ ਨਾ ਹੁਣ ਪੜ੍ਹਨਾ ਸੌਖਾ ਤੇ ਨਾ ਨੌਕਰੀ ਲੱਗਣਾ ਚੁੱਪ ਕਰ ਜੀਵੇ ਆ ਪਲੱਸ ਟੂ ਕਰਕੇ ਜਿਹੜੀ ਜਨਤਾ ਬਾਹਰ ਜਾਂਦੀ ਹੈ ਨਾ ਆਹੀ ਗੱਲੋਂ ਜਾਂਦੀ ਆ ਖਾਲੀ ਹੋਈ ਜਾਂਦਾ ਪੰਜਾਬ ਦਿਹਾੜੀਦਾਰ ਦੁਕਾਨਦਾਰ ਕੀਰਨੇ ਪਾਉਂਦੇ ਆ ਸਰਕਾਰ ਦੇ ਕਿਸਾਨ ਫਾਹੇ ਲੈ ਲੈ ਮਰੀ ਜਾਂਦੇ ਆ ਜੀਵੇ ਘਬਰਾ ਨਾ ਬੇਬੇ ਫਾਹਾ ਨਹੀਂ ਲੈਂਦਾ ਵਿਹਲਾ ਵੀ ਨਹੀਂ ਰਹਿੰਦਾ ਜੇ ਅੱਜ ਦੇ ਟਾਈਮ ਤੁਹਾਨੂੰ ਨੌਕਰੀ ਲੱਭਣੀ ਪੈ ਜਾਵੇ ਨਾ ਮਾਸਟਰ ਜੀ ਹਰ ਥਾਂ ਰਿਜੈਕਸ਼ਨ ਮਿਲੂਗੀ ਜੇ ਹੁਣ ਬੋਲਿਆ ਨਾ ਤਾਂ ਤੇਰਾ ਥੱਪੜਾ ਨਾਲ ਮੂੰਹ ਸੇਕ ਦੂੰ ਬੰਦਾ ਬਣ ਕੇ ਰੋਟੀ ਖਾ ਦਿਨੋਂ ਦਿਨ ਬਦਤਮੀਜ਼ ਹੋਈ ਜਾਂਦਾ ਕਿੱਧਰ ਦੀ ਗੱਲ ਕਿੱਧਰ ਨੂੰ ਲੈ ਜਾਂਦਾ ਸਮਝ ਨਹੀਂ ਆਉਂਦੀ ਇਹਦੀ ਆ ਇੱਕ ਪ੍ਰਾਈਵੇਟ ਸਕੂਲ ਟੀਚਰ ਦੀ ਜੌਬ ਨਿਕਲੀ ਹੈ ਜੀ ਕੀ ਤਾਤਾ ਬਗ ਜੀ ਮਰਦੀ ਨੂੰ ਪਾਣੀ ਨਾ ਪੁੱਛੇ ਅੱਜ ਬੜਾ ਮੰਜਾ ਡਾਹੜਾ ਦਿੰਦਾ ਉਹ ਤਾਂ ਬਲਦੇਵ ਮਾਸਟਰ ਕਹਿੰਦਾ ਸੀ ਵੀ ਜਨਾਨੀ ਦੀ ਇੱਜ਼ਤ ਕਰਨੀ ਚਾਹੀਦੀ ਆ ਨਾ ਮਾਸਟਰ ਤਾਂ ਇਹ ਵੀ ਕਹਿੰਦਾ ਸੀ ਵੀ ਭੁੱਕੀ ਤੇ ਫੀਮ ਬੰਦੇ ਨੂੰ ਬਰਬਾਦ ਕਰ ਦਿੰਦੇ ਆ ਚਮਕੀਲਾ ਕਹਿ ਕੇ ਗਿਆ ਕਹਿੰਦਾ ਬਈ ਜਿਹੜਾ ਖਾਵੇ ਡੋਡੇ ਉਹਦੇ ਮੌਰ ਦੁਖਣਾ ਗੋਡੇ ਉਹਨੇ ਮਾਰ ਦੁਖਣਾ ਗੋਡੇ ਫੇ ਤੂੰ ਅੰਦਰ ਕੀ ਕਰਦਾ ਸੀ ਭੁੱਕੀ ਦਾ ਜਗਾੜ ਚੋਰੀ ਕਰਦਾ ਸੀ ਚੋਰੀ ਕਰਨ ਗਿਆ ਸੀ ਸੋਨਾ ਸੋਨਾ ਚੱਕ ਲੈਂਦਾ ਸੀ ਰਹਿਣ ਦਿੰਦਾ ਪਾਣੀ ਪੀਣ ਗਿਆ ਸੀ ਲਵਾ ਵੀ ਨੂੰ ਮਖੌਲ ਕਰਨਾ ਸੀ ਐ ਕਹਿੰਦਾ ਵੀ ਤੇਰੀ ਭੈਣ ਨਾਲ ਤਾਂ ਖੇਡਦਾ ਸੀ ਕਿੱਥੇ ਕੀੜਾ ਪੋਸਤੀਆ ਪਤੀਲੇ ਦਾ ਟੱਕਣ ਕਿੱਥੇ ਮੇਰੀ ਪਰੀਆਂ ਅਰਗੀ ਭੈਣ ਯਾਰ ਹੋਣੀ ਵੀ ਐਵੇਂ ਨਹੀਂ ਹੈਗੇ ਹੀਰ ਸਲੇਟੀ ਨਾਲ ਵਿਆਹ ਕੇ ਲਿਆਂਦੀ ਤਾਂ ਮੇਰਾ ਨਾਂ ਬਦਲਦੀ ਭਾਬੀ ਸਾਹਿਬ ਜਦੋਂ ਪਹਿਲਾਂ ਹੀ ਨਾ ਕੀੜਾ ਉਹਦਾ ਕੀ ਬਦਲਣਾ ਮੱਚਿਆ ਨਾ ਕਰ ਅਸਮ ਕੋਲ ਤੂੰ ਮੂੰਹ ਬੰਦ ਕਰ ਮੱਖੀਆਂ ਪੈ ਜਾਣਗੀਆਂ ਹੀਰ ਸਲੇਟੀ ਰਾਂਝਣ ਰਾਂਝਣ ਕਰਦੀ ਨਹੀਂ ਥੱਕਦੀ ਮੈਨੂੰ ਉਹ ਮੂੰਹ ਬੰਦ ਕਰ ਮੱਖੀਆਂ ਪੈ ਜਾਣਗੀਆਂ ਹੀਰ ਸਲੇਟੀ ਵਿਆਹ ਕੇ ਹਿੱਕ ਤੇ ਦੀਵਾ ਬਾਲਣਾ ਛੜੇ ਨਹੀਂ ਮਰਦੇ ਛੜੇ ਮੈਨੂੰ ਵੀ ਜੀਤੋ ਨਾ ਜਾਣੀ ਥੇ ਹੋਣਾ ਨਾ ਹੋਵੇ ਮਰ ਜੇ ਉਹ ਵਿਚੋਲਾ ਜੀ ਨੇ ਇਹੋ ਜਿਹੇ ਲੜ ਲਾਤੀ ਇੰਨਾ ਸੱਚ ਨਾ ਬੋਲਿਆ ਕਰ ਨਹੀਂ ਤਾਂ ਤੈਨੂੰ ਸਿਵਿਆਂ ਚ ਮਚਾਉਣ ਨੂੰ ਕੱਲੇ ਹੀ ਰਹਿ ਜੂ ਮੈਂ ਭਾਈ ਕਾਰਡ ਲਵਾ ਦੇ ਉਹ ਲਵਾ ਦੂੰਗਾ ਕਾਰਡ ਪਰ ਉਹਨੂੰ ਜਿਹੜਾ ਜਿੱਤੂ ਕੁਸ਼ਤੀ ਦਾ ਮੁਕਾਬਲਾ ਹੋਊ ਦੋਹਾਂ ਚ ਆ ਜਾ ਰੁਕੋ ਰੁਕੋ ਇੱਥੇ ਨਹੀਂ ਹੋਰ ਇੱਥੇ ਤੁਹਾਡੇ ਪਿੰਡ ਵਾਲੇ ਸਟੇਡੀਅਮ ਚ
जिथे मेरे दादे की पिट लगी सी। शरीर कायम करने लई की कुछ करना पैंदा बई। हुण वड्डे बई ना आया करेगा मिट्टी कटाएगा हुण मेरी। मेरे पुत्त दिया कार्ड लवा दी पिट्ठ तां मैं हुणे लवा लैणा।